आए मर गए। जही मुटियार कफली ना रोटी लंगी तेरे वकीलार की आंख सी मेरी एने खाली दारू पीने ने अबे अबे हिरनी अर की आंख से सुनिए वकीलार की के नहीं था काखरे दवे किते मर जा जाग तेने फुटदी जनानियां सारे पिंड तो पूरे लाया मैं पड़ौनिया बंदा अज जद आई सी नवी नवी ओदों तो बड़ियां अखां नाल लड़दी सी हुन जो हम चंडो ना डर पे तू ताया तू ठीक है? ओए तुसी ऐसे की करदे हो? मैं इधर से खेलते सी साडा प्यार आप च आ प्यार वाला अख ते नहीं आ गया चुप कर लफड़ा मार के टोपी ला दूंगा तेरी मैं सरपंचा भरजाई ना कोई इट कुत्ते वाला ज्यादा ही प्यार लगता तेरा हां बा मेरा रोब भी बड़ा है ला देखी जरा अच्छा आ वे आ सरपंच नहीं गए अच्छा ले पिंड दे मुदबर लोग आए ने अल्लाह का अच्छा आ आयो है डाल तू भी आ गए तेरा प्यार तो हल्ले तक अंदर आ जांदा कोई गल नहीं ताया सारे ने हुंदी तेरी कलर ने हुंदी कोई गल नहीं ओ चाचा गल मोहत बारा भी कीती आ तू अभी मुझ नु ता दे जाना फडुआ मैं किसी दी नौती नाल काटा ओए नवा डिप्टी हाथा नु थुक्की बैठा चूड़ी गस रखी है पूरी उने अच्छा माल ऐत की ध्यान नाल जाना पऊ हां भाई बहुत सख्ती है हां बहुत सख्ती है तुम तो सामने ओ ताया नवा डिप्टी दा कुगी नु कूनी कर दंदा ते चिड़ी नु चूनी हाँ। कर दंदा आहो गल सुनो सरपंच फिकर ना कर तू सब तो सयाना तेरे नो वध सयाना होर कौन हो सकता तू यार बथेरे बदाम ते खरोट खादे है कोई हल कड तेरी मां मेनू भोंगे खवांदी रही है ना मेरी तो आप दी टिपरी टैट है हां मेनू नहीं पता बस ओ मेरी गल सुनो सप्लाई करनी पैनी आपां नू चार दिन अगला घरे ब्याह वा ते जे समान ना होया तो ब्याह कादा हां ओ ताई नू पुछ लो ओ कढ लू कोई हल बथेरी चादर चला के साडी ताई जा ताई नू आप ही सद ले जाके ओ ना ओ भरावा ਉਹ ਪਹਿਲਾਂ ਗਾਲਾਂ ਕੱਢਦੀਆਂ ਫਿਰ ਹੂਰੇ ਦਿਖਾਉਂਦੀਆਂ ਫਿਰ ਪੁੱਛਦੀਆਂ ਗੱਲ ਕਿ ਨਹੀਂ ਤਾਇਆ ਮੈਨੂੰ ਕੀ ਪਤਾ ਤੁਹਾਨੂੰ ਕਿਉਂ ਨਹੀਂ ਪਤਾ ਆ ਭਾਂਡੇ ਦਾ ਪਿੱਟ ਤੇ ਗੜਿਆਂ ਵਾਂਗੂ ਪੈ ਰਹੇ ਸੀ ਹੁਣੀ ਵੇ ਕੌਣ ਵਿਖਾਉਂਦਾ ਹੂਰੇ ਕੋਈ ਗੱਲ ਬਿਲੇ ਲੱਗੀ ਕਿ ਖੂਚ ਖੋਤਾ ਉਵੇਂ ਲਟਕਦਾ ਤਾਈ ਸਾਡੇ ਤਾਂ ਬਸੋਂ ਬਾਹਰ ਦੀ ਗੱਲ ਹੈ ਤੂੰ ਕੁਝ ਸੋਚ ਤੇ ਹੁਣ ਮੈਂ ਹੀ ਦੱਸੀ ਜਾਵਾਂ ਆ ਖਾਨੇ ਨੂੰ ਵਰਤ ਲਿਆ ਕਰੋ ਕਦੇ ਜਿਵੇਂ ਮਰਜ਼ੀ ਕਰੋ ਪਚਾਉਣੀ ਪੈਣੀ ਆ ਮੈਨੂੰ ਲੱਗਦਾ ਜੇ ਨਾਕੇ ਲੱਗੇ ਹੋਏ ਨਾ ਤਾਂ ਆਪਾਂ ਨਹਿਰ ਵਿੱਚ ਦੀ ਜਾਂਦੇ ਆ ਪਰ ਉਂਗਲਾ ਗੱਲ ਸੁਣ ਆਪਣੇ ਚੋਂ ਤਾਂ ਕਿਸੇ ਨੂੰ ਤੈਰਨਾ ਨਹੀਂ ਆਉਂਦਾ ਇਹਨੂੰ ਤਾਂ ਆਉਂਦਾ ਹੈ ਇਹਨੂੰ ਲੈ ਜਾ ਸਲੇਡੇ ਜੇ ਨੂੰ ਬਥੇਰੀਆਂ ਮੱਝਾਂ ਕੱਢੀਆਂ ਟੋਬੇ ਚੋਂ ਨਿੱਕੇ ਹੁੰਦੇ ਮੱਝਾਂ ਕੀਤਾ ਹੀ ਮੈਂ ਤਾਂ ਝੋਟੇ ਵੀ ਕੱਢਦਾ ਰਹਾ ਪੁੱਛ ਲਓ ਚਾਹੇ ਤਾਂ ਇਹਨੂੰ ਮੈਨੂੰ ਕੀ ਪੁੱਛਦਾ ਓਏ ਪਰ ਮੈਂ ਖੜੇ ਪਾਣੀ ਚੋਂ ਕੱਢਿਆ ਚੱਲਦੇ ਚੋਂ ਤਾਂ ਡੁੱਬ ਜੂ ਵੇ ਭੁੱਖੇ ਮਰਨ ਨਾਲੋਂ ਤਾਂ ਡੁੱਬ ਕੇ ਮਰਨਾ ਚੰਗਾ ਹੈ ਫਿਰ ਸਾਰੇ ਡੁੱਬਦੇ ਆ ਮੈਂ ਇਕੱਲਾ ਕਿਉਂ ਵੇ ਛਿੰਦੇ ਪੁੱਤ ਤੂੰ ਜ਼ਿੰਮੇਵਾਰ ਹੈ ਤੂੰ ਧਿਆਨ ਰੱਖੀ ਇਹਦਾ ਕੀ ਹੈ ਇਹ ਤਾਂ ਲਾ ਕੇ ਉਂਗਲ ਪਰਾ ਹੋ ਜੂ ਵੇ ਗੱਲ ਸੁਣ ਲੈ ਮੇਰੀ ਤੂੰ ਜੇ ਕੋਈ ਹੱਥ ਚਲਾਕੀ ਕੀਤੀ ਨਾ ਮੈਥੋਂ ਬੁਰਾ ਕੋਈ ਨਹੀਂ ਤੈਨੂੰ ਮੈਂ ਦੱਸਾਂ ਆ ਤੈਥੋਂ ਬੁਰਾ ਤਾਂ ਵੈਸੇ ਵੀ ਨਹੀਂ ਪਿੰਡ 'ਚ ਕੋਈ ਤਾਈ ਉਹ ਗੱਲ ਸੁਣ ਉਂਗਲਾ ਉਹ ਨੀਕਰ ਢਿੱਲੀ ਨਾ ਪਾ ਕੇ ਜਾਵੀਂ ਮਾਮਾ ਚੱਲਦਾ ਪਾਣੀ 'ਚ ਕਈ ਵਾਰੀ ਲੈ ਜਾਂਦੇ ਹੁੰਦੀ ਆ ਹੋਰ ਨਾ ਉੱਤੇ ਮੂੰਹ ਜਵਾਨੀ ਤੁਰਿਆ ਫਿਰੇ ਉਂਗਲਾ ਤੈਨੂੰ ਕੀ ਲੋੜ ਸੀ ਉਸ ਦੀ ਸਲਾਹ ਦੇਣ ਦੀ ਤੇਰੇ ਆਪਦੇ ਹੀ ਗੱਲ ਪੈ ਗਈ ਆ ਬੰਨ ਰੱਖਿਆ ਤੋਂ ਵੱਡੇ ਵੱਡੇ ਢੋਲ ਕੀ ਕਰੇਗਾ ਤੇਰੇ ਨਾਲ ਤਾਂ ਉਹੀ ਗੱਲ ਹੋਈ ਵੀ ਜਿਹੜਾ ਬੋਲੂ ਆਪੇ ਕੁੰਡਾ ਖੋਲੂ ਰੋਕੋ ਏ ਰੋਕੋ ਰੁਕ 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 ਚੱਲ ਕੋਈ ਨਹੀਂ ਹੇ ਖਵਾਜਾ ਪੀਰ ਬਚਾ ਲਈ ਹੁਣ ਤੂੰ ਹੀ ਅੱਧੀ ਰਾਤ ਨੂੰ ਕਿੱਧਰ ਮੂੰਹ ਚੱਕਿਆ ਹੋਏ ਜਨਾਬ ਸਾਡੀ ਮਾਸੀ ਭਾਤੋ ਦਾ ਮੁੰਡਾ ਛਾਂਗੇ ਦਾ ਵਿਆਹ ਏ ਉਧਰ ਨੂੰ ਮੂੰਹ ਚੱਕਿਆ ਯਾ
ਆ ਕਿਹੜਾ ਵੇਲਾ ਹੈ ਵਿਆਹ ਨੂੰ ਜਾਣ ਦਾ ਉਹ ਜਨਾਬ ਜੱਟਾਂ ਦੇ ਕੰਮਾਂ ਦਾ ਤੁਹਾਨੂੰ ਪਤਾ ਤਾਂ ਹੈ ਨਰਮਾ ਦੇਖਦੇ ਸੀ ਜੀ ਜਨ ਮੂੰਹ ਨੇਰੇ ਤੁਰਨੀ ਆ ਜੇ ਹੁਣ ਤੁਰਾਂਗੇ ਤਾਂ ਟਾਈਮ ਸਿਰ ਪਹੁੰਚਾਂਗੇ ਜੀ ਹੋਰ ਮਨ ਤਾਂ ਬਤੌੜਾ ਦਾ ਫਿਕਰ ਪਿਆ ਕਿਤੇ ਜਾਣ ਤੋਂ ਪਹਿਲੇ ਨਾ ਮੁੱਕ ਜਾਣ ਨਾਲੇ ਜੇ ਜਨ ਤੁਰ ਗਈ ਹਲਵਾਈਆਂ ਨਾਲ ਭਾਂਡੇ ਥੋੜੀ ਨਾ ਮੰਜਨੇ ਆ ਜੀ ਚਲੋ ਫਿਰ ਨਿਕਲੋ ਟਾਈਮ ਨਾਲ ਚਲੋ ਚਲੋ ਠੀਕ ਹੈ ਜੀ ਸਵਾਦ ਇਹ ਲਿਆ ਤਾ ਪੂਰੇ ਬੈਲੀ ਪੁਰਜ ਤਰ੍ਹਾਂ ਨਾ ਗੁੰਜੂ ਹੁਣ ਦੇਖਦਾ ਜਾ ਕੰਮ ਛੱਡ ਜਾਣਾ ਇਹਨੂੰ ਪਿਆ ਰਹਿਣ ਦੇ ਇੱਥੇ ਆਖੇ ਚੱਕਦੇ ਰਿਸ਼ਤੇਦਾਰਾਂ ਨੇ ਦੱਸਿਆ ਸੀ ਨਾ ਪੁਲਿਸ ਦਾ ਥਾਂ ਥਾਂ ਤੇ ਕਰੜਾ ਪਹਿਰਾ ਹੈਗਾ ਇਹ ਲੱਗਦਾ ਨੀ ਸੀ ਆਊਗੀ ਨਾਲੇ ਮੁੰਡੇ ਦੇ ਪਿਓ ਦੀ ਮੰਗ ਸੀ ਖਾਸ ਕਿ ਵਰਾਤੀਆਂ ਦੀ ਸੇਵਾ ਵੈਲੀ ਪੂਰੀ ਨਾਲ ਹੋਣੀ ਚਾਹੀਦੀ ਆ ਉਹ ਬਾਈ ਆ ਤੁਸੀਂ ਪੁੰਨੀ ਖੱਟ ਲਿਆ ਆ ਵਿਆਹ ਵਾਲਾ ਘਰ ਤਾਂ ਲੱਗਦਾ ਹੀ ਨੀ ਸਾਰੇ ਸਿਰ ਸੁੱਟੀ ਬੈਠੇ ਪ੍ਰਾਹੁਣੇ ਚ ਕਰ ਦਿੰਦੇ ਆ ਪ੍ਰਾਹੁਣਿਆਂ ਦੇ ਸਿਰ ਤੁਸੀਂ ਆ ਦੇਖੋ ਢੱਕਣ ਖੋਲਣ ਦੀ ਦੇਰ ਆ ਪੂਰੀ ਜਾਗੋ ਬੋਲੀਆਂ ਪਾਉ ਹਾਂ ਆ ਲਓ ਜਿਉਂਦੇ ਵਸਦੇ ਰਹੋ ਧੰਨਵਾਦ ਜੀ ਚੰਗਾ ਜੀ ਉਹ ਨਾਲੇ ਪ੍ਰਾਹੁਣਿਆਂ ਨੂੰ ਫੜ ਕੇ ਪਾ ਲਿਓ ਐਵੇਂ ਕਿਤੇ ਰੁਪਈਏ ਦੀ ਭਾਨ ਵਾਂਗੂ ਖੜਦੇ ਫਿਰਨ ਉਹ ਮਾਮਾ ਤੂੰ ਇੱਥੇ ਬੂਹੇ ਓਲੇ ਕੀ ਕਰਦਾ ਫਿਰਦਾ ਅਸੀਂ ਵੀ ਪੈਰੀ ਮੁੜਿਆ ਅਸੀਂ ਕਿਤੇ ਉਹ ਬੰਦੇ ਗਏ ਤੁਸੀਂ ਦੋ ਸੀ ਆਏ ਤੁਸੀਂ ਤਿੰਨ ਹਾ ਕੌਣ ਮੈਂ ਵੀ ਵਿਆਹ ਦਾ ਪਰਾਉਣਾ ਹੀ ਆ ਜੀ ਉਹ ਖਾਧੀ ਪੀਤੀ ਚ ਮੈਨੂੰ ਵੀ ਛੱਡ ਗਏ ਚਲੋ ਉਹ ਤਾਂ ਹੈ ਸਾਡੀ ਪਾਤੋਂ ਵਾਸੀ ਦਾ ਮੁੰਡਾ